ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਫਿਰ ਅੱਜ ਇੱਕ ਹੋਰ ਸਿਕਰੀਟ ਫੁੱਟਸਟੈਪਸ ਦੇ ਨਾਲ ਮੈਂ ਹਾਜ਼ਰ ਹੋਇਆ ਵਾਂ। ਮੈਂ ਇਸ ਵੇਲੇ ਅੰਦਰੂਨ ਸੈਦ ਮਿੱਠਾ ਬਾਜ਼ਾਰ ਹਾਂ, ਵਰਲਡ ਸਿਟੀ ਦੇ ਅੰਦਰ ਹਾਂ, ਔਰ ਮੇਰੀ ਬੈਕ ਸਾਈਡ 'ਤੇ ਵੀ ਇਹ ਰਸਤਾ ਚਲਾ ਜਾਂਦਾ ਭਾਟੀ ਗੇਟ ਨੂੰ, ਔਰ ਇਹ ਅੰਦਰ ਮੇਨ ਸੈਦ ਮਿੱਠਾ ਬਾਜ਼ਾਰ ਔਰ ਕ੍ਰੋਸ ਕਰਕੇ ਫਿਰ ਉਸ ਤੋਂ ਬਾਅਦ ਚਲਾ ਜਾਂਦਾ ਮੇਨ ਹੀਰਾ ਮੰਡੀ ਦੇ ਅੰਦਰ। ਗੱਲ ਹੋ ਰਹੀ ਸੀ ਸਿੱਖ ਪੀਰੀਅਡ ਫੁੱਟਸਟੈਪਸ ਦੀ। ਮੈਂ ਅੱਜ ਖੋਜ ਲਾਉਂਦਾ ਹੋਇਆ, ਸਫ਼ਰ ਤਾਂ ਬਹੁਤ ਲੰਬਾ, ਮੈਂ ਸਟਾਰਟਅਪ ਲੈਂਦਾ ਵਾਂ ਸਰਦਾਰ ਇੰਦਰਜੀਤ ਤੋਂ। ਸਰਦਾਰ ਇੰਦਰਜੀਤ ਸਿੰਘ ਜਿਹੜੇ ਨੇ ਉਹ ਮੇਰੇ ਦੋਸਤ, ਇਸ ਵੇਲੇ ਹਾਲ ਮੁਕਾਮ ਇਨ ਇੰਗਲੈਂਡ ਨੇ, ਔਰ ਉਹਨਾਂ ਦੇ ਇੰਸਟ੍ਰਕਟਰਸ ਦਾ ਜਿਹੜਾ ਹਾਊਸ ਔਰ ਉਹਨਾਂ ਦੀ ਜਿਹੜੀ ਧਰਮਸ਼ਾਲਾ ਹੈ ਉਹ ਸੈਦ ਮਿੱਠਾ ਬਾਜ਼ਾਰ ਦੇ ਵਿੱਚ ਸੀ। ਜੀ ਹਾਂ ਜੀ, ਸੈਦ ਮਿੱਠਾ ਬਾਜ਼ਾਰ ਦੇ ਅੰਦਰ ਸਰਦਾਰ ਪ੍ਰਤਾਪ ਸਿੰਘ ਔਰ ਸਨ ਆਫ ਸਰਦਾਰ ਹੀਰਾ ਸਿੰਘ, ਔਰ ਇਹਨਾਂ ਦੀ ਗੋਦ ਸੀ ਕਲਸੀ। ਕਲਸੀ ਗੋਦ ਦੇ ਲੋਕਾਂ ਨੇ ਇੱਥੇ ਇੱਕ ਧਰਮਸ਼ਾਲ ਬਣਾਈ ਸੀ ਆਪਣੇ ਧਰਮ ਦਾ ਪ੍ਰਚਾਰ ਕਰਨ ਵਾਸਤੇ, ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਇੱਕ ਧਰਮਸ਼ਾਲ ਸੀ, ਕਿਉਂਕਿ ਗੁਰਦੁਆਰਾ ਇੱਥੋਂ ਥੋੜ੍ਹੇ ਹੀ ਫਾਸਲੇ 'ਤੇ ਹੈ, ਕੋਈ ਤਕਰੀਬਨ 20 ਮਿੰਟ ਦੀ ਪੈਦਲ ਜਿਹੜੀ ਹੈ ਵਾਕ ਹੈ, ਔਰ 10 ਮਿੰਟ ਦੀ ਡਰਾਈਵ ਹੈ ਅੰਦਰੂਨ ਚੂਨਾ ਮੰਡੀ ਦੇ ਅੰਦਰ ਜਾ ਕੇ। ਇਹ ਤੁਸੀਂ ਦੇਖ ਰਹੇ ਹੋ ਇਹ ਵਾਈਟ ਬਿਲਡਿੰਗ ਜਿਹੜੀ ਨਜ਼ਰ ਆ ਰਹੀ ਹੈ, ਜੀ ਇਹ ਕਲਸੀ ਫੈਮਿਲੀ ਦੀ ਬਣਾਈ ਹੋਈ ਜਿਹੜੀ ਹੈ ਧਰਮਸ਼ਾਲ ਸੀ ਪ੍ਰੀ ਪਾਰਟੀਸ਼ਨ 1947 ਤੋਂ। ਕਿਉਂਕਿ ਜਿਹੜੀ ਮੈਨੂੰ ਇਨਫੋਰਮੇਸ਼ਨ ਮਿਲੀ ਹੈ, ਫੋਰ ਸਟੋਰੀਸ ਜਿਹੜੀ ਧਰਮਸ਼ਾਲਾ ਸੀ ਸੈਦ ਮਿੱਠਾ ਬਾਜ਼ਾਰ ਦੇ ਵਿੱਚ, ਤਾਜਿੰਦਰ ਸਿੰਘ ਜਿਹੜੇ ਨੇ, ਤਾਜਿੰਦਰ ਸਿੰਘ ਕਲਸੀ ਜਿਹੜੇ ਨੇ 1945 ਦੇ ਵਿੱਚ 1945 ਦੇ ਵਿੱਚ ਇਸ ਬਿਲਡਿੰਗ ਦੇ ਅੰਦਰ ਪੈਦਾ ਹੁੰਦੇ ਨੇ। 2 ਸਾਲ ਬਾਅਦ ਹੀ ਵੰਡ ਪੈ ਜਾਂਦੀ ਹੈ, ਪੰਜਾਬ ਦਾ ਬਟਵਾਰਾ ਹੋ ਜਾਂਦਾ ਹੈ ਔਰ 47 ਆ ਜਾਂਦਾ, ਔਰ 47 ਆਉਣ ਤੋਂ ਬਾਅਦ ਜਿਹੜਾ ਤਕਸੀਮ ਹੋ ਜਾਂਦੀ ਹੈ, ਔਰ 2 ਸਾਲ ਦੀ ਉਮਰ ਦੇ ਵਿੱਚ ਉਹ ਜ਼ਿਆਦਾ ਦੂਰ ਜਾਣਾ ਪਸੰਦ ਨਹੀਂ ਕਰਦੇ ਔਰ ਉਹ ਆ ਜਾਂਦੇ ਨੇ ਅੰਮ੍ਰਿਤਸਰ ਦੇ ਵਿੱਚ। ਅਤੇ ਮੈਂ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਕਰਦਾ ਹੋਇਆ ਮੈਂ ਅੱਜ ਪਹੁੰਚਿਆ ਵਾਂ ਲਾਹੌਰ। ਖੋਰੇ ਸੱਚ 47 ਦੇ ਕਹਿ ਲਓ ਜਾਂ ਸਿੱਖ ਪੀਰੀਅਡ ਫੁੱਟਸਟੈਪ ਕਹਿ ਲਓ, ਦੋਵੇਂ ਹੀ ਕਹਿਣਾ ਦੇ ਲਈ ਮੁਨਾਸਬ ਹੋਏਗਾ। ਇੰਦਰਜੀਤ ਜੀ, ਇਹ ਤੁਹਾਡੇ ਫੋਰ ਫਾਦਰਸ ਦਾ ਘਰ ਹੈ ਔਰ ਇਹ ਉਹ ਅਸਥਾਨ ਹੈ, ਇਹ ਤੁਹਾਡੇ ਉਹ ਦਾਦਾ ਜੀ ਦੀ ਪ੍ਰੋਪਰਟੀ ਹੈ, ਇਹ ਉਹ ਧਰਮਸ਼ਾਲ ਹੈ ਜਿਹਦੇ 'ਚ ਅੱਜ ਕੋਈ 7-8 ਫੈਮਲੀਆਂ ਜਿਹੜੀਆਂ ਨੇ ਆਬਾਦ ਨੇ। ਬਹੁਤ ਪਿਆਰੀ ਬਿਲਡਿੰਗ ਹੈ ਔਰ ਇਹਦੇ ਉੱਤੇ ਵਾਹਿਦ ਬਿਲਡਿੰਗ ਜਿਹੜੀ ਹੈ ਇੰਨੀ ਵਿਸ਼ਾਲ ਔਰ 4 ਮੰਜ਼ਿਲਾਂ ਦੀ ਹਲੇ ਤੱਕ ਖਲੋਤੀ ਹੋਈ, ਔਰ ਇਹਦੇ 'ਚ ਸ਼ੇਰ ਜਿਹੜੇ ਨੇ ਉਹ ਬੜੇ ਵਾਜ਼ਿਆ ਤੌਰ 'ਤੇ ਹਰ ਜਗ੍ਹਾ ਦੇ ਉੱਤੇ ਬਣਾਏ ਗਏ ਨੇ। ਇਹ ਦੇਖੋ ਇਹਦਾ ਫਸਟ ਫਲੋਰ ਹੈ, ਸੈਕਿੰਡ ਔਰ ਥਰਡ ਔਰ ਉੱਤੇ ਫੋਰਥ ਜਿਹੜਾ ਫਲੋਰ ਹੈ। ਗੱਲ ਹੋ ਰਹੀ ਸੀ ਇੰਦਰਜੀਤ ਜੀ ਦੇ ਫੋਰ ਫਾਦਰਸ ਦੀ, ਜਾਣ ਵਾਲੇ ਤਾਂ ਚਲੇ ਜਾਂਦੇ ਨੇ ਲੇਕਿਨ ਬਹੁਤ ਜ਼ਿਆਦਾ ਸਾਰੀਆਂ ਯਾਦਾਂ ਜਿਹੜੀਆਂ ਨੇ ਉਹ ਉੱਥੇ ਦੀਆਂ ਉੱਥੇ ਰਹਿ ਜਾਂਦੀਆਂ ਨੇ ਇਨਸਾਨ ਦੀਆਂ। ਇਹ ਮਹਿਲ, ਚੁਬਾਰੇ, ਬਾੜੀਆਂ ਜਿਹੜੀਆਂ ਨੇ ਕੋਈ ਵੀ ਨਾਲ ਨਹੀਂ ਲੈ ਕੇ ਜਾ ਸਕਿਆ, ਉਹ ਸਭ ਦਾ ਸਭ ਜਿਹੜਾ ਉਹ ਇੱਥੇ ਛੱਡ ਕੇ ਜਾਣਾ ਪਿਆ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਧਰਮਸ਼ਾਲਾ ਜਿਹੜੀ ਹੈ ਸਰਦਾਰ ਇੰਦਰਜੀਤ ਕਲਸੀ ਦੇ ਫੋਰ ਫਾਦਰਸ ਜਿਹੜੇ ਨੇ ਉਹਨਾਂ ਦੇ ਹੱਥੋਂ ਬਣੀ ਹੋਈ ਇਹ ਬਿਲਡਿੰਗ ਹੈ, ਜਿਹੜੀ ਕਿ ਫੋਰ ਸਟੋਰੀਜ਼ ਵਿੱਚ ਆਪਣੀ ਓਰੀਜਨਲ ਹਾਲਤ ਵਿੱਚ ਖੜ੍ਹੀ ਹੋਈ ਹੈ। ਬਵਕਤੇ ਜ਼ਰੂਰਤ ਲੋਕਾਂ ਨੇ ਇਹਦੇ ਵਿੱਚ ਥੋੜ੍ਹੀ ਬਹੁਤ ਚੇਂਜਿੰਗ ਜ਼ਰੂਰ ਕੀਤੀ ਹੈ, ਲੇਕਿਨ ਇਹ ਹਲੇ ਤੱਕ ਜਿਹੜਾ ਪੂਰਾ ਆਰਕੀਟੈਕਚਰ ਜਿਹੜਾ ਆਪਣੀ ਓਰੀਜਨਲ ਹਾਲਤ ਦੇ ਵਿੱਚ ਹੈ। ਐਵੇਂ ਨਹੀਂ ਕਿਸੇ ਨੇ ਕਿਹਾ ਉੱਚੇ ਬੁਰਜ ਲਾਹੌਰ ਦੇ, ਅਤੇ ਇਹੀ ਉਹ ਉੱਚੇ ਬੁਰਜ ਨੇ ਜਿਹਦੀ ਵਜ੍ਹਾ ਨਾਲ ਲਾਹੌਰ ਨੂੰ ਜਾਣਿਆ ਜਾਂਦਾ ਸੀ।
ਅੱਜ ਕੱਲ੍ਹ ਇਹ ਜਿਹੜੀ ਜਗ੍ਹਾ ਹੈ ਇਹਦਾ ਗਰਾਊਂਡ ਫਲੋਰ ਜਿਹੜਾ ਧਰਮਸ਼ਾਲਾ ਦਾ ਜਿਹੜਾ ਉਹ ਕਨਵਰਟ ਹੋ ਚੁੱਕਿਆ ਇਮਾਮ ਬਾਗਾ ਦੇ ਵਿੱਚ। ਮੈਂ ਡੇਰਾ ਗਿਆ ਅਤੇ ਉੱਥੇ ਵੀ ਵਿਸ਼ਾਲ ਗੁਰਦੁਆਰਾ 1947 ਦੇ ਵਿੱਚ ਬਣਨ ਵਾਲਾ ਜਿਹੜਾ ਸੀ ਉਹ ਕਨਵਰਟ ਹੋ ਚੁੱਕਿਆ ਸੀ ਇੱਕ ਇਮਾਮ ਬਾਗਾ ਦੇ ਅੰਦਰ। ਇੱਕ ਅੱਛਾ ਯੂਜ਼ ਹੈ, ਲੇਕਿਨ ਫਿਰ ਵੀ ਜਿਹੜੇ ਫੋਰ ਫਾਦਰਸ ਨੇ ਜਾਂ ਸੈਕਟਰਸ ਜਿਹੜੇ ਹਾਊਸਿਸ ਨੇ ਉਹਨਾਂ ਦਾ ਜਿਹੜਾ ਉਹ ਫੁੱਟ ਸਟੈਪਸ ਜਿਹੜੇ ਨੇ ਉਹ ਹਾਲੇ ਤੱਕ ਜਿਹੜੇ ਨੇ ਉਹ ਬਾਕੀ ਨੇ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ, ਪੰਜਾਬ ਪੇਜ ਦੀ ਹੈਰੀਟੇਜ ਆਫ ਪਾਕਿਸਤਾਨ। ਔਰ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਦੀ ਇੰਸਟਰਕਟਰ ਵਿਲੇਜ ਹਾਊਸ ਆਫ ਦੀ ਇੰਦਰਜੀਤ ਸਿੰਘ ਕਲਸੀ। ਇਹ ਧਰਮਸ਼ਾਲ ਨੂੰ ਦੋ ਰਸਤੇ ਲੱਗਦੇ ਸੀ। ਇਹ ਦੇਖੋ ਤੁਸੀਂ, ਇਹ ਅੰਦਰ ਗਲੀ ਦੇ ਵਿੱਚੋਂ ਦੀ ਜਿਹੜਾ ਰਸਤਾ ਹੈ ਮੈਂ ਉਹ ਦਿਖਾ ਰਿਹਾ ਤੁਹਾਨੂੰ। ਇਹ ਪਿੱਛੇ ਵਿਹੜਾ ਸੀ, ਵਿਹੜੇ ਦੇ ਅੰਦਰ ਖੂਹ ਸੀ ਜੋ ਕਿ ਇਸ ਦੇ ਨਾਲ ਜੁੜਿਆ ਹੋਇਆ ਸੀ। ਇਹ ਬੈਕ ਸਾਈਡ, ਬੈਕ ਸਾਈਡ ਦੇ ਉੱਤੇ ਵੀ ਪੂਰਾ ਆਰਕੀਟੈਕਚਰ ਹੈ, ਲੇਕਿਨ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਧਰਮਸ਼ਾਲ ਬਿਲਟ ਬਾਏ ਫੋਰ ਫਾਦਰਸ ਆਫ ਇੰਦਰਜੀਤ ਕਲਸੀ। ਹਾਲ ਮੁਕਾਮ ਇੰਗਲੈਂਡ, ਬਾਕੀ ਸਭ ਫੈਮਿਲੀ ਜਿਹੜੀ ਹੈ ਇਸ ਵਕਤ ਅੰਮ੍ਰਿਤਸਰ ਦੇ ਵਿੱਚ ਮੌਜੂਦ ਹੈ। ਹੁਣ ਤਕਰੀਬਨ ਇੱਥੇ 7 ਤੋਂ 8 ਫੈਮਿਲੀ ਜਿਹੜੀਆਂ ਨੇ ਇਸ ਸੈਵਨ ਫਲੋਰਸ ਦੇ ਅੰਦਰ ਚਾਰ ਫਲੋਰਸ ਦੇ ਅੰਦਰ ਵਸੀਆਂ ਹੋਈਆਂ ਨੇ, ਔਰ ਗਰਾਊਂਡ ਫਲੋਰ ਜਿਹੜਾ ਇਹਦਾ ਐਜ਼ ਏ ਇਮਾਮ ਬਾਗਾ ਯੂਜ਼ ਹੋ ਰਿਹਾ। ਅਤੇ ਵੇਖਦੇ ਰਹੋ ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ। ਔਰ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਬਹੁਤ ਪਿਆਰਾ ਆਰਟ ਵਰਕ ਹੈ, ਘਾਟੀ ਵੀ ਬਿਲਡਿੰਗਾਂ 'ਚ ਦੇਖਣ ਨੂੰ ਮਿਲਦਾ। ਬਹੁਤ ਤੰਗ ਰਸਤਾ ਹੈ, ਨਾ ਤਾਂ ਖੜ੍ਹਾ ਹੋਇਆ ਜਾ ਸਕਦਾ ਔਰ ਨਾ ਹੀ ਕੰਮ ਕੀਤਾ ਜਾ ਸਕਦਾ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਵੇਖਦੇ ਰਹੋ ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ। ਇੱਥੋਂ ਥੋੜ੍ਹੇ ਹੀ ਫਾਸਲੇ 'ਤੇ ਧਿਆਨ ਸਿੰਘ ਡੋਗਰਾ ਦੀ ਹਵੇਲੀ ਵੀ ਹੈ, ਇੱਕ ਹਿੰਦੂ ਜੰਜ ਘਰ ਵੀ ਹੈ। ਆਓ ਮੈਂ ਤੁਹਾਨੂੰ ਥੋੜ੍ਹਾ ਜਿਹਾ ਨਾ ਅੱਗੇ ਲੈ ਜਾਂਦਾ ਵਾਂ ਸੈਦ ਮਿੱਠਾ ਬਾਜ਼ਾਰ, ਜਿੱਥੇ ਕਿ ਪੀਰ ਸੈਦ ਮਿੱਠਾ ਦਾ ਦਰਬਾਰ ਵੀ ਹੈ। ਤੁਸੀਂ ਦੇਖ ਰਹੇ ਹੋ ਮੇਨ ਸੈਦ ਮਿੱਠਾ ਬਾਜ਼ਾਰ, ਔਰ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਤੁਹਾਨੂੰ ਅੱਜ ਮੈਂ ਦਿਖਾ ਰਿਹਾ ਹਾਂ ਸਿੱਖ ਪੀਰੀਅਡ ਫੁੱਟਸਟੈਪਸ ਇਨ ਲਾਹੌਰ, ਇਨ ਵਾਲ ਸਿਟੀ ਲਾਹੌਰ। ਬਹੁਤ ਕੰਜਸਟਿਡ ਏਰੀਆ ਹੈ, ਬਹੁਤ ਤੰਗੋ ਤਾਰੀ ਗਲੀਆਂ ਨੇ। ਇਹ ਦੇਖੋ ਤੁਸੀਂ ਪ੍ਰੀ ਪਾਰਟੀਸ਼ਨ ਦੇ ਆਰਕੀਟੈਕਚਰ ਜਿਹੜੇ ਨੇ ਬਿਲਕੁਲ ਨੀਅਰ ਟੂ ਕਲੈਪਸ ਨੇ, ਔਰ ਬਹੁਤ ਜ਼ਿਆਦਾ ਸਾਰੀਆਂ ਬਿਲਡਿੰਗਸ ਜਿਹੜੀਆਂ ਨੇ ਉਹਨਾਂ ਨੂੰ ਡਿਮੋਲਿਸ਼ ਕਰ ਦਿੱਤਾ ਗਿਆ।
दुकान दिखा रहे हैं सैद मीठा बाजार, अंदरून घाटी गेट, थोड़ा ना आगे चले जाओ फिर लाहौर फोर्ट, लाहौर दरबार, समाधि महाराज रणजीत सिंह और गुरुद्वारा श्री डेरा साहब, तमाम जगह जड़िया ने इतों बिल्कुल नज़दीक ने। इनू सैद मिठा क्यों कहा जाता है, मैं थानूँ यदि थोड़ी जिनी दसना वा कि इतने पीर सैद मिठा जड़े जिन्हों का दरबार है, एक पाए दे बुजुर्ग गुजरे ने इस बाज़ार दे उन्हां दी वजह नाल इस बाज़ार नूं सैद मिठा बाज़ार कहा जाता सी। वो थोड़ा जिहा अगे है लेकिन बरकैफ इतों आगे बाज़ार तंग हो जाता और ये पीर सैद मिठा का दरबार है। मैं हाँ थोड़ा अपना होस्ट बाबा, देखते रहो सीक्रेट फुटस्टेप्स इन पाकिस्तान।